ਲੋਕ ਜਿਹੜਾ ਕੰਮ ਕਰ ਰਹੇ ਸੀਗੇ ਉਹ ਪਹਿਲੇ ਇੰਟੈਕ ਬ੍ਰਾਂਡ ਤੋਂ ਨਹੀਂ ਕਰ ਰਹੇ ਸੀਗੇ ਅਸੀਂ ਸੈਮਸੰਗ ਵਾਸਤੇ ਕੰਮ ਕਰ ਰਹੇ ਸੀਗੇ ਅਸੀਂ ਸੈਮਸੰਗ ਵਾਸਤੇ ਤਕਰੀਬਨ 5 ਲੱਖ ਟੈਲੀਵਿਜ਼ਨ ਬਣਾਇਆ ਤੇ 10 ਲੱਖ ਤੋਂ ਉੱਪਰ ਏਅਰ ਕੰਡੀਸ਼ਨਰ ਬਣਾਇਆ ਤੇ ਜਿਸ ਤਰ੍ਹਾਂ ਕਹਿੰਦੇ ਨਾ ਬਿਹਾਈਂਡ ਦਾ ਕਰਟਨ ਅਸੀਂ ਉਹ ਸੀਗੇ ਕਿ ਬਿਹਾਈਂਡ ਦਾ ਕਰਟਨ ਤੋਂ ਕੰਮ ਕਰ ਰਹੇ ਸੀਗੇ 2013 ਹੀ ਸੈਮਸੰਗ ਨੇ ਅਚਾਨਕ ਸਾਡਾ ਐਗਰੀਮੈਂਟ ਖਤਮ ਕਰਤਾ ਤੇ ਸਾਨੂੰ ਕਿਹਾ ਕਿ ਨਹੀਂ ਅਸੀਂ ਹੁਣ ਨਹੀਂ ਕਰ ਸਕਦੇ 3 ਮਹੀਨੇ ਦੇ ਨੋਟਿਸ ਦੇ ਉੱਤੇ ਐਗਰੀਮੈਂਟ ਖਤਮ ਹੋ ਗਿਆ ਤੇ ਉਹਦੇ ਬਾਅਦ ਫਿਰ ਅਸੀਂ ਕੀ ਕੀਤਾ ਕਿ ਸਾਡੇ ਕੋਲ 600 ਬੰਦਾ ਕੰਮ ਕਰ ਰਿਹਾ ਸੀਗਾ ਤੇ ਅਸੀਂ ਟੈਕਨੋਲੋਜੀ ਸਾਡੇ ਕੋਲ ਸੀ ਐਕਸਪੀਰੀਅੰਸ ਸੀਗਾ ਅਸੀਂ ਕਿਹਾ ਠੀਕ ਹੈ ਆਉਣ ਵਾਲੇ ਟਾਈਮ ਵਿੱਚ ਏਸੀ ਜਿਹੜਾ ਹੈ ਉਹ ਅਜੇ ਬਹੁਤ ਜ਼ਿਆਦਾ ਪਿੱਛੇ ਹੈਗਾ ਕਿਉਂਕਿ ਸਿਰਫ ਇੰਡੀਆ ਦੇ ਵਿੱਚ 4% ਜਿਹੜਾ ਹੈ ਨਾ ਏਸੀ ਦਾ ਪੈਨੀਟ੍ਰੇਸ਼ਨ ਹੈਗਾ ਮੀਨ 40 ਲੱਖ ਏਅਰ ਕੰਡੀਸ਼ਨਰ ਪੂਰੇ ਹਿੰਦੁਸਤਾਨ ਵਿੱਚ ਵਿਕਦਾ ਹੈਗਾ ਜਦਕਿ ਇੰਡੀਆ ਜਿਹੜਾ 1.25 ਬਿਲੀਅਨ ਹੈਗਾ ਸੋ ਉਸ ਦੇ ਹਿਸਾਬ ਨਾਲ ਅਸੀਂ ਵੇਖਿਆ ਕਿ ਆਉਣ ਵਾਲਾ ਟਾਈਮ ਬੜਾ ਵਧੀਆ ਬਿਜਲੀ ਦੀ ਅਵੇਲੇਬਿਲਟੀ ਵਧਦੀ ਜਾ ਰਹੀ ਹੈ ਇਸ ਪ੍ਰੋਡਕਟ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਤੇ ਅਸੀਂ ਇਸ ਕਰਕੇ ਜਿਹੜਾ ਹੈ ਇੰਟੈਕ ਨੂੰ ਫਿਰ ਲਾਂਚ ਕੀਤਾ ਨਵੀਂ ਟੈਕਨੋਲੋਜੀ ਲੈ ਕੇ ਆਏ ਸਾਡਾ ਜਿਹੜਾ ਟਾਈਅਪ ਹੈਗਾ ਉਹ ਇੱਕ ਵਰਲਡ ਦੀ ਬੈਸਟ ਕੰਪਨੀ ਨਾਲ ਹੋਇਆ ਜਿਹਨੇ ਸਾਨੂੰ R&D ਔਰ ਟੈਕਨੋਲੋਜੀ ਸਪੋਰਟ ਕੀਤੀ ਹੈਗੀ ਤੇ ਹੁਣ ਅਸੀਂ ਜਿਹੜੀ ਹੈ ਅਸੀਂ ਪੂਰੀ ਰੇਂਜ ਆਪਣੀ ਲਾਂਚ ਕਰ ਰਹੇ ਹਾਂ ਅੱਜ ਪੰਜਾਬ ਦੇ ਵਿੱਚ ਪੂਰਾ ਅੰਮ੍ਰਿਤਸਰ ਤੋਂ ਇੱਥੋਂ ਸਾਡੀ ਇਹ ਪਹਿਲੀ ਲਾਂਚ ਹੈ ਇਸ ਤਰ੍ਹਾਂ ਦੀਆਂ ਲਾਂਚਿਸ ਸਾਡੀਆਂ ਤਕਰੀਬਨ 16 ਲਾਂਚਿਸ ਅਸੀਂ ਪਲਾਨ ਕੀਤੇ ਹਨ ਪੂਰੇ ਪੰਜਾਬ ਦੇ ਵਿੱਚ ਇਹ ਪਹਿਲੀ ਲਾਂਚ ਹੈਗੀ ਸੋ ਕਹਿਣ ਦਾ ਭਾਵ ਹੈਗਾ ਕਿ ਜਿਹੜੀ ਪ੍ਰੋਡਕਟ ਰੇਂਜ ਹੈਗੀ ਉਹ 1 ਟਨ ਤੋਂ ਲੈ ਕੇ ਤੇ ਸਾਡੀ 4 ਟਨ ਤੱਕ ਹੈਗੀ ਸਪਲਿਟ ਹੈਗੇ ਵਿੰਡੋ ਹੈਗੇ ਕੈਸੇਟ ਹੈਗੇ ਟਾਵਰ ਹੈਗੇ ਇਸ ਤਰੀਕੇ ਨਾਲ ਔਰ 3-star ਹੈਗੇ 5-star ਹੈਗੇ ਇਨਵਰਟਰ ਹੀ ਸਾਡੀ ਰੇਂਜ ਆਈ ਹੈ ਇਨਵਰਟਰ ਤੇ ਏਸੀ ਤੇ ਸਾਡੀ 10 ਸਾਲ ਦੀ ਗਰੰਟੀ ਹੈ 10 ਇਅਰਸ ਵਾਰੰਟੀ ਹੈ ਸਾਡੇ 350 ਸਰਵਿਸ ਸੈਂਟਰ ਇਸ ਵਕਤ ਇੰਡੀਆ ਦੇ ਵਿੱਚ ਕੰਮ ਕਰ ਰਹੇ ਅਸੀਂ ਆਲਰੇਡੀ 12 ਸਟੇਟ ਵਿੱਚ ਹਾਂ ਜਿਹਦੇ ਵਿੱਚੋਂ ਇਹ 13